ਯਾਰ ਪੰਜਾਬ ਦਾ ਤੇਲ ਪਾਇਆ ਇਹ ਪਿਛਲੇ ਹਫ਼ਤੇ ਤੇ ਖਤਮ ਵੀ ਹੋਇਆ ਲੱਗਾ ਝੋਕੇ ਲੈਣ ਦਾ ਪਿਆ ਪਿਛਲੇ ਹੋਏ ਦੱਸ ਮੈਂ ਮੈਨੂੰ ਨਾ ਇੱਕ ਤੇਰੇ ਤੋਂ ਕੰਮ ਹਾਂ ਤੋੜ ਵੀ ਲਿਆ ਇੱਥੋਂ ਮੈਂ ਸਾਲੇ ਤੇਰੀ ਚਲਾਉਣੀ ਮਾੜੀ ਆ ਕੰਮ ਹੀ ਇੱਕ ਪਹਿਲੀ ਲੈਣੀ ਸੀ ਮੈਂ ਕਿੰਨੇ ਕਿੱਲੇ ਲੈਣੇ ਅੱਧਾ ਕਿੱਲੋ ਲੈ ਲੈਣੀ ਸਾਲੇ ਅੱਧਾ ਕਿੱਲਾ ਜ਼ਿਆਦਾ ਹੀ ਤੇ ਇੱਕ ਕੇ ਨਾਲ ਲੈ ਲਾ ਨਹੀਂ ਯਾਰ ਅੱਧਾ ਕਿੱਲਾ ਹੀ ਚੱਲ ਕਿੰਨੇ ਕੁ ਪੈਸੇ ਖਰਚ ਨੇ 4000 ਪੈਸਾ ਸਕੂਲ ਦੀ ਗੱਲ ਰੱਖ ਨਾਲ ਬੈਂਕ ਚ ਜਮਾ ਜੁਮਾ ਕਰਾ ਲਾ ਮੈਂ ਵੀ ਸੋਚਿਆ ਮੈਂ ਰੱਖਣੇ ਪੈਣੇ ਆਹੋ 400 ਰੁਪਇਆ ਹੋਰ ਪਾ ਲਾ ਤੇ ਸਾਰੀ ਪੈਲੀ ਖਰੀਦ ਲਈਏ 10-12 ਕਿੱਲੇ ਆ ਜਾਣੇ ਨਹੀਂ ਯਾਰ ਇੰਨੇ ਪੈਲੀ ਕੀ ਕਰਨੀ ਆਪਾਂ ਚੱਲ ਅੱਧਾ ਕਿੱਲਾ ਲੈਣਾ ਚਲਾ 20 ਲੱਖ ਤੋਂ ਘੱਟ ਕੋਈ ਨੀ ਆਉਣੀ 20 ਲੱਖ ਤੋਂ ਉਹ ਸਾਲੇ ਕੀ ਇਹ ਪੁਰਾਣੇ ਜ਼ਮਾਨੇ ਵਾਲੀ ਪੈਲੀ ਨਹੀਂ ਆ ਮੈਂ 40 ਲੱਖ ਪੈ ਗਈ ਨਹੀਂ ਨਵਾਂ ਮੋਟਰਸਾਈਕਲ ਲਿਆ ਵੇਚ ਦੀ ਵੇਚ ਦੇ ਚੱਲ ਕਿੰਨੇ ਦਾ ਦੇਣਾ ਮੈਨੂੰ ਦੇ ਦੇ ਯਾਰ ਆਹ ਟੁੱਟ ਗਿਆ ਇੱਥੇ ਆਹੋ ਚੱਲ ਲੈ ਇਹਦਾ 200 ਰੁਪਇਆ 200-300 ਨਵਾਂ ਮੋਟਰਸਾਈਕਲ ਲੈ ਲੈ ਚੰਗੀ ਤਰ੍ਹਾਂ ਆ ਵੇ ਟੁੱਟਾ ਵੀ ਨਹੀਂ ਉਹ ਸਾਲਾ ਕਵਾੜ ਤੇ ਆ ਗਿਆ ਤੋੜ ਕੇ ਛੋੜਤਾ ਹੀ ਕਿੱਥੇ ਟੁੱਟਾ ਚੱਲ ਆ ਜਾ ਕਰ ਲੈਨੇ ਗੱਲ ਫੋਨ ਤੇ ਲਾ ਲਾ ਉਹਨੂੰ ਪਹਿਲੇ ਉਹ ਫੋਨ ਦੀ ਗੋਲੀ ਮਾਰ ਐਦਾਂ ਹੀ ਗੱਲ ਕਰਦੇ ਆ ਦਾ ਉੱਥੇ ਬੰਬੀ ਦੇ ਹੋਣਾ ਮੈਨੂੰ ਪੈਸੇ ਦੇਣੇ ਥੋੜੇ ਜੇ ਇਹ ਚੋਂ ਹੀ ਦੇ ਦੂਗਾ ਚੱਲ ਠੀਕ 100 ਰੁਪਇਆ ਹਾਂ 100 ਜ਼ਿਆਦਾ ਨਹੀਂ ਮੈਂ ਚੱਲ ਭਾ ਉਹ ਜਿਹੜੇ ਉਹ ਸਨ ਉਹ ਭਰਾ ਕਿਉਂ ਉਹਦੇ ਦਿਵਾਲੇ ਹੋਇਆ ਕੀ ਹੋ ਗਿਆ ਉਹਨੂੰ ਕੁਆ ਜਾਂਦਾ ਜਿਮ ਜਾਣਾ ਛੱਡਤਾ ਆਹੋ ਯਾਰ ਉਹ ਭਰਾ 15 ਸਾਲ ਹੋਏ ਬੋਰ ਕਰਾਏ ਨੂੰ ਜੇ ਆ ਵੀ ਦੇ ਗਿਆ ਥੋੜਾ ਸਾਲ ਨਹੀਂ ਹੋ ਗਿਆ ਥੋੜਾ ਹੀ ਆ ਭਰਾ 15 ਸਾਲ ਮਹਾ ਕੱਢਿਆ ਜੀ ਸ਼ੂਗਰ ਕਾ 15 ਸਾਲ ਕੱਢੀਆਂ ਮੋਟਰਾਂ ਦੇ ਹੁਣ 2 ਸਾਲ ਨਹੀਂ ਕੱਢਦੀਆਂ ਉਹ ਭਰਾ ਕੀ ਪਤਾ ਕਿਹੜੀਆਂ ਮੋਟਰਾਂ ਦੀ ਗੱਲ ਕਰਦਾ ਤੂੰ ਤੁਹਾਡੇ ਜ਼ਮਾਨੇ ਵਾਲੇ ਨਾਲ ਕਹਿੰਦੀਆਂ ਵੀਰ ਜੀ ਰਹਿਣ ਦੋ ਹਾਂਜੀ ਇਹਦੇ ਵਿੱਚ ਪਾਣੀ ਵੀ ਨਹੀਂ ਹੋਣਾ ਰਹਿਣ ਦੇ ਇੱਧਰ ਆ ਤੇਰਾ ਕੰਮ ਆਏ ਆ ਹਾਂ ਬਹਿ ਜਾ ਇੱਥੇ ਬਹਿ ਜਾ ਦੱਸ ਆ ਮੁੰਡੇ ਨੇ ਲੈਣੀ ਹੈ ਪੈਲੀ ਅੱਛਾ ਉਹ ਵਾਲੀ ਗੱਲ ਕਰੋ ਕਿਹਨੇ ਸੁਣਨਾ ਲਈ ਆ ਪੈਸੇ ਕੋ ਬਹੁਤ ਹੀ ਅੱਛਾ ਲੈਣਾ ਕਿੰਨੇ ਕੁ ਅੱਧਾ ਕਿੱਲਾ ਹੀ ਆ ਇੰਨੇ ਉਹ ਵੀ ਖਾਸ ਹੁਣ ਅੱਧਾ ਕਿੱਲਾ ਲੈਣਾ ਤੇ ਪੈਸੇ ਨੇ ਖਰਚਨੇ 4000 ਉਹ ਇੰਨੇ ਪੈਸੇ ਗੁਰੂਆ ਅੱਗੇ ਮੈਨੂੰ ਕਹਿੰਦਾ ਬੋਡੀ ਗਾਰਡ ਰੱਖ ਲਾ ਮੈਂ ਉਹ ਭਰਾ ਬੰਦਾ ਰੱਖ ਕੋਈ ਤੂੰ ਲਾਇਸੈਂਸ ਬਣਾ ਕੋਈ ਪਿਸਤੌਲ ਪਿਸਤਾਲ ਰੱਖ ਮੈਂ ਕਹਾਂ ਮੈਨੂੰ ਉਹ ਗੁਰੂਆ ਤੂੰ ਬੰਦੇ ਬੁੰਦੇ ਰੱਖ ਤੂੰ ਕਿੱਧਰ ਵਾਈ ਚ ਪੈ ਗਿਆ ਵਾ ਦੁਬਈ ਦੁਬਈ ਚ ਫਲੈਟ ਲੈ ਜਾ ਕੇ ਆਲਾ ਦੁਬਈ ਵਾਲਿਆਂ ਦੇ ਆਪ ਕੱਢਿਆ ਦੁਬਈ ਵੀ ਹੋਣੇ ਆ ਚੱਲ ਆ ਗਿਆ ਮੇਰੀ ਵਿੱਚ ਕਿਹੜੀ ਪਾਲੀ ਆ ਪਹਿਲੀ ਗੁਰੂ ਆਪਣੀ ਸ਼ੁਰੂ ਹੁੰਦੀ ਉਹ ਥੋਣਾ ਪਿੰਡ ਦੀ ਆ ਆਪਣੀ ਇੱਥੋਂ ਸ਼ੁਰੂ ਹੁੰਦੀ ਜੇ ਇੱਥੇ ਖਤਮ ਹੋ ਜਾਂਦੀ ਹੈ ਖਲੋ ਜਾ ਕਿੰਨੀ ਥੋੜੀ ਹੋ 4500 ਤੇ ਤੈਨੂੰ ਸਾਰਾ ਪਿੰਡ ਨਾ ਦੇ ਦਈਏ ਮੇਰੀ ਗੱਲ ਸੁਣ 100 ਰੁਪਇਆ ਹੋਰ ਪਾ ਸਾਰੇ ਪਿੰਡ ਦੀ ਹਿੱਸਾ ਪਾ ਤੇਰਾ ਪਿੰਡ ਵੀ ਹਿੱਸਾ ਪਾ ਦਿੰਨੇ ਠੀਕ ਆ ਫਿਰ 40 ਗੱਲ ਗੁੱਲ ਮੈਨੂੰ ਚਾਹੀਦਾ ਈ 1.5 ਲੱਖ ਰੁਪਇਆ ਲੱਖ ਦੇ ਕਿੰਨੀ ਦੇ ਦੇ ਲੱਖ ਦੇ ਲੱਖ ਕਦੀ ਯਾਰ ਹੁਣ ਤੁਸੀਂ ਤੇ ਐ ਕਹਿੰਦੇ ਜਿੱਦਾਂ ਰੂੜੀ ਖਰੀਦਣਾ ਆਏ ਹੁੰਦੇ ਜੇ ਚੱਲ ਮੇਰੀ ਜ਼ਬਾਨ ਤੇ ਦੇ ਦੇ ਇਹਦੀ ਜ਼ਬਾਨ ਤੇ ਨਹੀਂ ਦੇਣੀ ਦਾ ਉਹਦੀ ਜ਼ਬਾਨ ਹੈਗੀ ਕਿੱਥੇ ਆ ਉਹ ਤੇ ਜਾ ਉਹ ਹੈਗਾ ਥੱਥਾ ਹੈ ਦੇਣੀ ਫਿਰ ਐ ਲੈਣੀ ਆ ਵੇਲਾ ਥਾਂ ਵੇਲਾ ਨਹੀਂ ਮੈਂ ਨਹੀਂ ਤੈਨੂੰ ਦੇਣੀ ਚੱਲ ਨਾ ਦੇ ਆ ਬੱਜ ਫੋਲ ਕੇ ਚੱਲ ਠੀਕ ਆ ਨਾ ਠੀਕ ਚਿੱਬੜ ਦੇ ਮੂੰਹ ਵਾਲੇ ਲੈਣੀ ਤੇ ਦੱਸ ਲੈਣੀ ਆ ਉਹ ਲੈ ਇਹਨੂੰ ਸੁਣ ਜਰਾਬ ਸੰਘਾ ਜਰਾਬ ਨਹੀਂ ਹੈਗੀ ਬਲੈਂਸ ਹੈਗਾ 5 ਦਿਨ ਦੀ ਧੋਤੀ ਨਹੀਂ ਉਹ
ਮੈਂ ਸਕੂਲ ਟਾਈਮ ਚ ਬਿਊਟੀ ਪਾਰਲਰ ਜਾਂਦਾ ਰਹਿਣਾ, ਉਹ ਸਾਰਾ ਕੁੜੀਆਂ ਜਾਂਦੀਆਂ, ਮੁੰਡੇ ਜਾ ਸਕਦੇ ਨਹੀਂ। ਜੇ ਇਹੋ ਜਿਹਾ ਤੇਰਾ ਮੂੰਹ ਆ ਨਾ, ਤੂੰ ਪਲਾਸਟਿਕ ਸਰਜਰੀ ਕਰਾ ਜਾ ਕੇ, ਤੈਨੂੰ ਮੇਕਅਪ ਕਾਹਦਾ ਲਾਉਣਾ। ਉੱਥੇ ਬੀਬੀਆਂ ਨੇ ਚਾਲਾ ਮਾਰ ਮਾਰ ਤੇਰੇ ਭਜਾਉਣਾ ਯਾਰ। ਸਿੱਧਾ ਖਲੋ, ਦੱਸ ਕਿੰਨੇ ਪੈਸੇ ਦੇਣੇ। ਇਹਦੇ ਮੈਂ ਦੇ ਦੂਗਾ 1.5 ਲੱਖ ਰੁਪਿਆ। ਮੈਂ 2.5 ਲੱਖ ਰੁਪਿਆ ਮੰਗਲਾ ਨਹੀਂ, 10,000 ਵਿੱਚੋਂ ਤੇਰਾ ਸੌਦਾ ਕਢਾ ਦੇ। ਉਹ ਪਹਿਲਾਂ ਇਹਨੂੰ ਥੋੜੀ ਬਹੁਤੀ ਭੁੱਕੀ ਖਵਾ, ਇਹਦਾ ਅਮਲ ਟੁੱਟਾ ਸੀ। ਵੀਰ ਜੀ ਸੌਦਾ ਕਰਾ ਦੋ ਮੈਨੂੰ। ਪੂਰੇ 15 ਬੂਟੇ ਆ ਜਿਹੜੇ ਮੈਂ, ਮੇਰੀ ਸੁਣ ਗੱਲ, ਮੈਂ ਵਿੱਚ ਪੱਠੇ ਬੀਜੇ ਆ, ਦੋ ਫਸਲਾਂ ਲਈ ਦੀਆਂ, ਨਾਲੇ ਪੱਠਿਆਂ ਨੂੰ ਮੈਂ ਗੋਲੀ ਮਾਰਨੀ, ਮੈਨੂੰ ਕਣਕ ਦਾ ਮਤਲਬ 3 ਲੱਖ। ਠੀਕ ਹੈ, ਸ਼ਾਮਾਂ ਨੂੰ ਤੈਨੂੰ ਪੈਸੇ ਦੇ ਕੇ ਸੌਦਾ ਕਰ ਲਾਂਗੇ। ਚੱਲ ਠੀਕ ਹੈ, ਚੱਲ ਠੀਕ, ਚੰਗਾ ਚੱਲ ਆ ਜਾ। ਇਹ ਤਾਂ ਕਿਤੇ 10,000 ਰੁਪਈਆ ਨਹੀਂ ਦੇਣਾ। ਓ ਜਾ ਭਰਾ, ਵੇਖ ਤੇ ਸਹੀ ਕਿੱਡੀ ਸੋਹਣੀ ਪਿਆਲੀ, ਬੜਾ ਕਣਕ ਹੋਈ, ਪੱਠੇ ਹੋਏ, ਸਰੋਂ ਹੋਈ ਵਿੱਚ। ਸਰੋਂ ਉਹ ਵੀ ਉਦਾਂ ਹੀ ਹੋਈ ਆ, ਤੂੰ ਕਿਹੜੀ ਬੀਜੀ ਗੁਰੂਆ? ਉਹ ਹੋਈ ਨਾ, ਬੀਜਣ ਤੋਂ ਬਿਨਾਂ ਹੀ ਹੋ ਗਈ। ਵੇਖ ਕਿੱਡੀ ਸੋਹਣੀ ਉਪਜਾਊ ਪਿਆਲੀ ਸਾਡੀ। ਤਮਾਕੂ ਮੁੱਕਿਆ ਦੱਸ ਦੇਣਾ, ਤਮਾਕੂ ਲਾਉਣ ਡਿਆ ਭਿੰਡੀ ਵਰਗਾ ਤੇਰਾ ਮੂੰਹ, ਬਤੂ ਵਰਗਾ ਤੂੰ ਮੈਨੂੰ ਬੰਦਾ ਲਿਆਤਾ ਵਾ, ਜਿੰਦੀ ਪੈਲੀ ਵਗਾਉਣ ਡਿਆ। ਸਾਲੇ ਆਪ ਆਲੂ ਵਰਗਾ ਸਸਤਾ, ਭਿੰਡੀ ਦੇ ਬਤਾਉਂ ਦੇ ਮਹਿੰਗੇ ਹੁੰਦੇ ਸਾਲੇ, ਆਲੂ ਤੇ 10 ਰੁਪਏ ਕਿਲੋ ਮਿਲਦੇ ਆ। ਇੰਨੀ ਆਪਣੀ ਔਕਾਤ ਨਾ ਸਮਝ। ਤੇ ਤੂੰ ਮਾਮਾ ਤੂੰ ਆਲੂ ਹੀ ਲੈ ਕੇ ਖਾਣਾ ਵਾ, ਭਿੰਡੀ ਖਾਣ ਦੀ ਤੇਰੀ ਔਕਾਤ ਵੀ ਕਿੱਥੇ ਆ? ਭਿੰਡੀ ਵਰਗਾ ਮੂੰਹ ਚ ਖਲੋ ਖਲੋ ਗਾ ਕਰ। ਆ ਵੀ ਟਿੰਡਾ ਆ ਗਈ। ਮੈਂ ਇੱਕ ਮਿੰਟ ਗੱਲ ਕਰਦਾ। ਟਿੰਡਾ ਮੈਨੂੰ ਕਹਿੰਦਾ? ਉਹਨੇ ਤੈਨੂੰ ਨਹੀਂ ਕਿਹਾ, ਤੂੰ ਗੱਲ ਦੱਸ। ਮੇਰੇ ਤੋਂ ਪੈਲੀ ਦੇ ਪੈਸੇ ਨਹੀਂ ਹੋਏ ਸਾਲੇ। ਉਹਨੂੰ ਸ਼ਾਮਾਂ ਦਾ ਟਾਈਮ ਦਿੱਤਾ, ਉਹਨੂੰ ਕਿਹਾ ਕੱਲ ਪਰਸੋਂ ਦੇ ਦਾ ਕਿ ਅੱਜ ਮੇਰੇ ਨਾਲ ਪੈਲੀ ਕਰਾ ਦੇ ਤੇ ਰਜਿਸਟਰੀ। ਉਹ ਕੱਲ ਕਰਾ ਲਾਂਗੇ। ਕੱਲ ਪੈਸੇ ਦੇ ਦੇਗਾ? ਫਿਰ ਦੇ ਦੂ, ਕੱਲ ਆ ਜਾ ਕਰ ਲੈਣੇ ਗੱਲ। ਚੱਲ ਇੱਥੇ ਖਲੋ, ਇੱਧਰ ਗੱਲ ਸੁਣੀ। ਹਾਂ ਯਾਰ, ਇਹ ਕਹਿੰਦਾ ਵੀ ਮੇਰੇ ਕੋਲ ਪੈਲੀ 'ਚ ਪੈਸੇ ਨਹੀਂ ਹੋਏ ਤੇ ਪੈਲੀ ਮੇਰੇ ਨਾਂ ਕਰਦੇ ਅੱਜ, ਕੱਲ ਨੂੰ ਰਜਿਸਟਰੀ ਕਰਾ ਕੇ ਨਾਲ ਹੀ ਪੈਸੇ ਤੈਨੂੰ ਦੇ ਦੇ। ਹਾਂ, ਮੇਰੀ ਮਾਸੀ ਦਾ ਮੁੰਡਾ ਪੈਲੀ ਮੈਂ ਤੇ ਨਾਂ ਕਰਦਾ ਤੇ ਪੈਸੇ ਬਾਅਦ 'ਚ ਮੈਂ ਮੂੰਹ ਚੁੱਕ ਕੇ ਵੇਂਦਾ ਰਵਾਂ। ਉਹ ਕੋਈ ਗੱਲ ਨਹੀਂ, ਕੀ ਕੋਈ ਗੱਲ ਨਹੀਂ, ਤੇ ਇਹ ਤੈਨੂੰ ਦਾ ਸਬੂਤ ਦੇ ਦੇਣੇ ਕੋਈ ਗੱਲ ਫਿਰ। ਚੱਲ ਭਰਾ ਕਰਾ ਲੈਨੇ ਆ। ਚਲ ਆ ਜਾ ਫਿਰ, ਲੈ ਭਰਾ ਪੈਲੀ। ਆ ਜਾ ਯਾਰ, ਇਹ ਕਿਹਦੇ ਲਈ ਕੱਢਣ ਡਿਆ? ਇੱਕ ਮਿੰਟ ਦੱਸਦਾ ਵੀਰ, ਪਾ ਪੈਲੀ ਲੱਗ ਜਾ। ਤੂੰ ਟਿੰਡੇ ਲੈਣਾ ਆ ਵਿੱਚ ਪਾਦਾ ਪੈਲੀ, ਮੈਂ ਤੈਨੂੰ ਕਿਤੇ ਚੁੱਕ ਕੇ ਦੇਦਾ, ਪੈਲੀ ਇੱਥੇ ਰਹਿਣੀ ਆ। ਮੇਰੇ ਤਾਂ ਇੱਕ ਤਰੀਕਾ ਹੈਗਾ, ਇੱਕ ਮਿੰਟ ਦੱਸਦਾ ਵਾ। ਆ ਜਿਹੜਾ ਪੱਤਾ ਇਹਦੇ ਵਿੱਚ ਪੈਂਦਾ ਨਾ, ਉਹਦਾ ਪੈਲੀ ਵੀ ਪੈ ਜੂਗੀ। ਇਹ ਉਸਤਾਦ ਜੀ, ਇਹ ਪੱਤਾ ਹੈ, ਮੇਰੀ ਗੱਲ ਸੁਣ। ਉਹ ਪੈਲੀ ਆ। ਓਏ ਜਾ ਪਹਿਲਾਂ ਆਪਣੇ ਦਿਮਾਗ ਦਾ ਇਲਾਜ ਕਰਾ ਕੇ। ਆਹੋ ਯਾਰ, ਤੇਰਾ ਦਿਮਾਗ ਦਾ ਲੋੜ ਹੈ, ਮੈਨੂੰ ਵੀ ਨਾਲ ਬੇਇੱਜ਼ਤੀ ਕਿਆ ਕਰਾਉਣ। ਓਯਾ ਵੇ, ਹੱਥ ਜੋੜੇ ਕਿਹੋ ਜਿਹਾ ਬੰਦਾ ਲੈਣ ਤਾਈ, ਜਾ ਪੈਲੀ ਪਾ ਕੇ ਦੇਣ ਨੂੰ ਇੱਚ। ਪੈਲੀ ਨਹੀਂ ਪਿੰਡੀ ਵੀਰ, ਨਹੀਂ ਪੈਲੀ, ਪੈਲੀ ਪਤਾ ਹੈ। ਲੈ ਉਹ ਦਾਣੀ ਗੁਰੂ ਜੀ ਪੈਣੇ। ਉਹ ਮੇਰੀ ਗੱਲ ਸੁਣ, ਝੋਲਾ ਲੈ ਉੱਚ ਪਾ ਕੇ ਦੇ ਦਿੰਦੀ ਜਾ। ਝੋਲਾ ਲੈ ਵਾ ਜਾ ਕੇ ਘਰੋਂ ਜਾ। ਯਾਰ ਮੈਂ ਪੈਲੀ ਹੁਣੇ ਕਰਨੀ।
ਜਾਂ ਫਿਰ ਛੋਟਾ ਪਹਿਲੀ ਕਿੱਦਾਂ ਘਰੇ ਲੈ ਜਾਏਗਾ ਜਾਂ ਛੋਟਾ ਹੱਥੀ ਲੈ ਉਹ ਛੱਡ ਦਿੰਦੇ ਨਹੀਂ ਛੋਟੇ ਹੱਥ ਨਹੀਂ ਲੋੜ ਰੇੜੀ ਲੈ ਪੱਠਿਆਂ ਵਾਲੀ ਉਹ ਚਾਵਲ ਦੇ ਮੂੰਹ ਵਾਲਿਆ ਪਹਿਲੀ ਲੈਣ ਆਇਆ ਮੱਝ ਲੈਣ ਆਇਆ ਪੱਟੇ ਵਰਗਾ ਤੇਰਾ ਮੂੰਹ ਸਾਰਿਆ ਝੋਟੇ ਵਰਗਾ ਈ ਮੈਂ ਪਹਿਲੀ ਹੁਣੇ ਗਾਲ ਕੱਢੀ ਗਾਲ ਕੱਢੀ ਗਾਲ ਕੱਢੀ ਹਾਂ ਗਾਲ ਕੱਢ ਗਿਆ ਆਪਾਂ ਨੂੰ ਤੇਰੇ ਲੱਛਣ ਆ ਕੋਈ ਚੱਜ ਦਾ ਗਾਹਕ ਲਾਇਆ ਉਹ ਸਾਲਿਆ ਮੈਨੂੰ ਕੀ ਪਤਾ ਇਹ ਇਹੋ ਜਿਹਾ ਇਹੋ ਜਿਹਾ ਕਿ ਇਹੋ ਜਿਹਾ ਜਿਹੋ ਜਿਹਾ ਆਪ ਉਹ ਚ ਗਾਹਕ ਲਾਇਆ ਚੱਲ ਖਤਮ ਲਾਸ ਸੁੱਕੇ ਟਾਂਡੇ ਵਰਗਾ ਤੇਰਾ ਸਰੀਰ ਆ ਐਡੀ ਮਹਿੰਗੀ ਮੇਰੀ ਪਹਿਲੀ ਗੁਰੂ ਆ ਉੱਥੇ ਕੀ ਸੋਨਾ ਲੱਗਦਾ ਸਾਲਿਆ ਛੋਲੇ ਬੀਜੀ ਦੇ ਆ ਛੋਲੇ ਵੀ ਹੁੰਦੇ ਕਿੱਥੇ ਆ ਸਾਲਿਆ ਬੀਜੀ ਦੇ ਤੇ ਹੈਗੇ ਨਾ ਪਰ ਨਹੀਂ ਹੁੰਦੇ ਬੀਜੀ ਦੇ ਆ ਪਰ ਉੱਗਦੀ ਨਹੀਂ ਨਾ ਉਹ ਦਾ ਸਾਲਿਆ ਉੱਥੇ ਕਹਾਣੀ ਉੱਗਦਾ ਵੱਡਾ ਗੱਪੀ ਗੋੜੇ ਗੜੇ ਜਾ ਚੱਲ ਯਾਰ ਮਾਨ ਨਾ ਕਰਨੂੰ।